बच्चों पढ़ो, अली फनार अली फनार, बे बकरी बे बकरी, बे पतंग बे पतंग, मास्टर जी पता तारा ना जा दफा हो मेरी अख चुंगली ना मार दी। बच्चों पढ़ो, अली फनार अली फनार, बे बकरी बे बकरी, बे पतंग बे पतंग, ये तारीकी ये तारीकी। हां जी की मास्टर जी तरीकी दे माने की होंदे ने? तारीकी दे माने कुकरी होंदे ने। मेरी अम्मी ने तो क्या सी तरीकी दे माने होंदे ने अंधेरा। ਉਹ ਕੁਕੜੀਆਂ ਦੇ ਪਾਲਾ ਥੱਲੇ ਵੀ ਨੇਰਾ ਹੀ ਹੁੰਦਾ ਹੈ, ਜਿੱਥੇ ਆਪਣੇ ਬੱਚੇ ਲੁਕਾਉਂਦੀ ਹੈ ਬਹਿਆ ਥੱਲੇ। ਬੱਚੋ ਇਤਮਨਾਨ ਸੇ ਪੜ੍ਹੋ। ਮਾਸਟਰ ਜੀ ਇਤਮਨਾਨ ਦੇ ਮਾਇਨੇ ਕੀ ਹੁੰਦੇ ਨੇ? ਨਾਨ ਦਾ ਮਤਲਬ ਹੁੰਦਾ ਰੋਟੀ, ਨਾਨ ਦਾ ਮਤਲਬ ਹੁੰਦਾ ਰੋਟੀ, ਤੇ ਇਤਮਨਾਨ ਦਾ ਮਤਲਬ ਹੁੰਦਾ ਛਾਬਾ ਰੋਟੀ। ਮਾਸਟਰ ਜੀ ਇਹ ਕੀ ਲਿਖਿਆ ਵੇ ਭਰਾ ਦੋ ਜ਼ਰਾ? ਇਹ ਲਿਖਿਆ ਹੋਇਆ ਵੇ ਸੰਦਵਕ ਪਰ ਬੰਦਵਕ, 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 ਸੰਦਵਕ ਪਰ ਬੰਦਵਕ। ਇਹ ਬੱਚਿਆਂ ਨੇ ਤੇ ਮੇਰਾ ਸਿਰ ਹੀ ਖਾ ਲਿਆ। ਬਸ਼ੀਰੇ ਉੱਠ ਜਾ ਲੱਸੀ ਲੈ ਕੇ ਆ, ਉਹ ਜਾ ਪੂਰੀ ਗੱਲ ਤੇ ਸੁਣ ਕੇ ਜਾਇਆ ਕਰ, ਇੱਥੇ ਖਲੋ ਆ ਕੇ। ਲੱਸੀ ਕਿਹਦੇ ਨਾਲ ਕੱਜ ਕੇ ਲੈ ਜਾਣੀ? ਲੱਸੀ ਪਲੇਟ ਨਾਲ ਢੱਟ ਲੈ ਜਾਣੀ ਹੈ। ਮੈਨੂੰ ਨਾ ਰੋਟੀ ਸਾਲਣ ਨਾਲ ਨੀ ਲੰਘਦੀ, ਮੇਰਾ ਨਾ ਸੀਨਾ ਸੜਦਾ। ਇਸ ਤਰ੍ਹਾਂ ਕਰੀ ਲੱਸੀ ਵਿੱਚ ਨਾ ਮੱਖਣ ਦਾ ਪੇੜਾ ਪਾ ਲੈ। ਮੁਨਸ਼ੀ ਜੀ ਬਗੂਆ ਉੱਠ, ਚੱਲ ਮੈਨੂੰ ਆਪਣੀ ਤਖਤੀ ਚੈੱਕ ਕਰਾ। ਮਾਸਟਰ ਜੀ ਤੱਕੀ ਘਰ ਰਹਿ ਗਈ। ਕਿਉਂ ਘਰ ਰਹਿ ਗਈ? ਡੰਗਰਾ ਮਗਰ ਗਿਆ ਸੀ ਉੱਥੇ ਹੀ ਰਹਿ ਗਈ। ਚੱਲ ਡੰਗਰਾ ਬਹਿਆ ਥੱਲੇ।